ਜੇ ਕਿਸੇ ਬੱਚੇ ਨੇ ਅਮਰੇਸ਼ ਅਗਿਆ ਹੋਇਆ ਆਪਾਂ ਨੂੰ ਟੋਟਲੀ ਫ੍ਰੀ ਕੋਚਿੰਗ ਹੈ ਚਾਹੇ ਗਰੀਬ ਆ ਚਾਹੇ ਅਮੀਰ ਆ ਕੋਈ ਗੱਲ ਨਹੀਂ ਪੰਜਾਬ ਨਾ ਛੱਡੋ ਆਇਲ ਛੱਡੋ ਪੰਜਾਬ ਨੂੰ ਤੁਹਾਡੀ ਤੁਹਾਡੀ ਜ਼ਰੂਰਤ ਹੈ ਤੁਸੀਂ ਵਿਦੇਸ਼ਾਂ ਦੀ ਨੋਹਾਰ ਬਦਲ ਰਹੇ ਹੋ ਪੰਜਾਬ ਦੀ ਬਦਲੋ ਨੋਟ ਇਵਨ ਅ ਸਿੰਗਲ ਕਾਲ ਇੱਕ ਵੀ ਕਾਲ ਨਹੀਂ ਆਏਗੀ ਸਾਨੂੰ ਦੁੱਖ ਹੋਇਆ ਤੁਸੀਂ ਆ ਜਾਣ ਕੇ ਵੀ ਫ੍ਰੀ ਵਿੱਚ ਵੀ ਬੱਚਾ ਨੂੰ ਪੜ੍ਹਨ ਲਈ ਤਿਆਰ ਨਹੀਂ ਹੈਗੇ ਜੀ 147500 ਜੀਐਸਟੀ ਮਿਲਾ ਕੇ ਇਹ ਫੀਸ ਹੈ ਜਿਹੜੀ ਅਸੀਂ ਟੋਟਲੀ ਫ੍ਰੀ ਕਰ ਦਿੰਦੇ ਹਾਂ ਟੋਟਲੀ ਫ੍ਰੀ ਕਰ ਦਿੰਦੇ ਹਾਂ ਇਹ ਪੂਰੇ 14 ਕਿ ਮਹੀਨੇ ਦਾ ਕੋਰਸ ਹੁੰਦਾ ਜੀ ਇਹ 14 ਮਹੀਨੇ ਦੀ ਕੋਰਸ ਦੀ ਪੂਰੀ ਫੀਸ ਅਸੀਂ ਦਿੰਦੇ ਰੈਂਕ 4 ਸਾਡੇ ਇੰਸਟੀਚਿਊਟ ਦੇ ਵਿੱਚੋਂ ਮਲੂਕਾ ਵਿੱਚ ਰੈਂਕ 6올 ਇੰਡੀਆ ਰੈਂਕ 8올 ਇੰਡੀਆ ਰੈਂਕ 40 ਰੈਂਕ 51 ਪਿਛਲੇ ਵਾਰ 79 ਸੈLECTION ਸੀਗੀਆਂ ਜੀ ਪੰਜਾਬ ਦੇ ਦੋ ਬੰਦੇ ਜੀ ਬਠਿੰਡਾ ਹੈ ਦਿੱਲੀ ਮੇਨ ਬ੍ਰਾਂਚ ਹੈ ਜੀ ਚੰਡੀਗੜ੍ਹ ਅਸੀਂ ਰੀਸੈਂਟਲੀ ਓਪਨ ਕੀਤਾ ਹੈਗਾ ਤੇ ਪੂਨੇ ਹੈ ਜੀ ਅਮਰਾਵਤੀ ਹੈ ਤੇ ਦੋ ਪਾਈਪਲਾਈਨ ਦੇ ਵਿੱਚ ਹੈ ਪਟਿਆਲਾ ਵੀ ਜਲਦੀ ਖੋਲ ਰਹੇ ਆ ਤੇ ਜੈਪੁਰ ਵੀ ਆਲਮੋਸਟ ਰੈਡੀ ਹੈ ਪਾਈਪਲਾਈਨ ਦੇ ਵਿੱਚ ਸਾਤਸ੍ਰੀ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਮਲੂਕਾ ਆਈਐਸ ਅਕੈਡਮੀ ਦੇ ਵਿੱਚ ਬਠਿੰਡਾ ਦੀ ਬ੍ਰਾਂਚ ਦੇ ਵਿੱਚ ਬੈਠੇ ਆ ਇੱਥੇ ਬੈਠਣ ਦਾ ਮੁੱਖ ਕਾਰਨ ਹੈ ਮੋਖ ਕਰਨ ਇਹ ਆ ਕਿ ਬਾਈ ਜੀ ਹੁਰੇ ਜਿਹੜੇ ਆ ਫ੍ਰੀ ਦੇ ਵਿੱਚ ਕੋਚਿੰਗ ਦਿੰਦੇ ਆ ਕੋਚਿੰਗ ਕਿੰਨਾਂ ਦੇ ਲਈ ਆਈਐਸ ਆਈਪੀਐਸ ਦੇ ਲਈ ਖਾਸ ਗੱਲ ਆ ਅਸੀਂ ਅਕਸਰ ਇਹ ਆਖਦੇ ਆ ਕਿ ਜਿਹੜੇ ਭਾਈ ਕੋਚਿੰਗ ਸੈਂਟਰ ਵਾਲੇ ਹੁੰਦੇ ਆ ਉਹ ਲੁੱਟਦੇ ਹੁੰਦੇ ਆ ਪਰ ਜਦੋਂ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਪਈ ਸਾਡੇ ਕੰਨਾਂ ਦੇ ਵਿੱਚ ਇਹ ਗੱਲ ਪਈ ਕਿ ਬਾਈ ਜੀ ਹੁਰੇ ਇਦਾਂ ਕਰ ਰਿਹਾ ਭਾਈ ਸੋਚਿਆ ਕਿ ਬਾਈ ਹੁਰਾਂ ਨੂੰ ਕਵਰ ਜ਼ਰੂਰ ਕੀਤਾ ਜਾਵੇ ਹਾਂਜੀ ਜ਼ਰੂਰ ਗੱਲ ਇਹ ਆ ਕਿ ਇਸ ਦੇ ਲਈ ਕੰਡੀਸ਼ਨ ਜ਼ਰੂਰ ਨੇ ਉਹ ਤੁਹਾਨੂੰ ਜ਼ਰੂਰ ਫੋਲੋ ਕਰਨੀਆਂ ਪੈਣੀਆਂ ਜੇਕਰ ਤੁਸੀਂ ਵਾਕਿਆ ਦੇ ਵਿੱਚ ਇੱਥੇ ਆ ਕੇ ਜਿਹੜਾ ਹੈਗਾ ਚਾਹਣਿਓ ਕੋਚਿੰਗ ਕਰਨੀ ਦੂਜੀ ਗੱਲ ਇੱਕ ਹੋਰ ਆ ਕਿ ਸਾਡਾ ਯੂਥ ਜਿਹੜਾ ਆ 12ਵੀਂ ਕਰਕੇ ਹਾਲਸ ਕਰਕੇ ਬਾਹਰ ਜਾ ਰਿਹਾ ਪਰ ਉਸ ਦੌਰ ਦੇ ਵਿੱਚ ਬਾਈ ਜੀ ਹਰੇ ਇੱਕ ਉਦਮ ਕਰ ਰਿਹਾ ਇੱਕ ਉਪਰਾਲਾ ਕਰ ਰਿਹਾ ਕਿ ਪੰਜਾਬ ਨੂੰ ਜਿਹੜਾ ਆ ਇੱਥੇ ਹੀ ਖੁਸ਼ਹਾਲ ਬਣਾਇਆ ਜਾਵੇ ਸਾਡੇ ਪੰਜਾਬੀਆਂ ਨੂੰ ਜਿਹੜੇ ਇੱਥੇ ਹੀ ਨੌਕਰੀਆਂ ਦੇ ਕਾਬਿਲ ਜਿਹੜਾ ਕੀਤਾ ਜਾਵੇ ਸੋ ਬਾਈ ਲਖਮਨ ਸਿੰਘ ਮੇਰੇ ਨਾਲ ਹੋਣਗੇ ਮਲੂਕਾ ਸਾਹਿਬ ਦਾ ਸਵਾਗਤ ਕਰ ਲੈਨੇ ਆ ਉਸ ਤੋਂ ਬਾਅਦ ਅਗਲੀ ਗੱਲ ਵੱਲ ਵਧਾਂਗੇ ਮਲੂਕਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡੇ ਐਫਰਟ ਨੂੰ ਸਲਾਮ ਵੀ ਕਰਦੇ ਆ ਸਲੂਟ ਕਰਦੇ ਆ ਜੋ ਤੁਸੀਂ ਕਰ ਰਹੇ ਹੋ ਹਾਂਜੀ ਮੋਸਟ ਵੈਲਕਮ ਐਟ ਮਲੂਕਾ ਜੀ ਧੰਨਵਾਦ ਜੀ ਬਹੁਤ- ਮੈਂ ਪਰਸਨਲੀ ਮੰਨਦਾ ਕਿ ਇੱਕ ਦਿਲ ਦੇ ਵਿੱਚ ਕਪੀੜ ਹੁੰਦੀ ਹੈ ਮੈਂ ਯੂਪੀਐਸਸੀ ਦੀ ਤਿਆਰੀ ਕੀਤੀ ਹੈ ਜਿਸ ਮੈਂ ਦੋ ਵਾਰ ਇੰਟਰਵਿਊ ਦਿੱਤੀ ਹੈ ਅੱਛਾ ਪਰ ਮੇਰਾ ਫਾਈਨਲ ਸਿਲੈਕਸ਼ਨ ਨਹੀਂ ਹੋਈ ਤਿੰਨ ਚਾਰ ਨੰਬਰਾਂ ਕਰਕੇ ਰਹਿ ਗਿਆ ਚਲੋ ਆਫਤਾ ਤਾਂ ਨਹੀਂ ਹੋਇਆ ਪਰ ਆਪਾਂ ਨੂੰ ਆਏ ਹੁੰਦਾ ਵੀ ਇਸ ਆਪਣੇ ਇਲਾਕੇ ਦੇ ਜਿੰਨੇ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਪੜਾ ਸਕੀਏ ਅਹੀ ਇਸ ਦੇ ਪਾਸੇ ਲਾਸਕੀਏ ਮੈਜੋਰਟੀ ਲੋਕਾਂ ਨੂੰ ਤਾਂ ਇਸ ਦਾ ਪਤਾ ਹੀ ਨਹੀਂ ਆਈ ਇਸ ਦਾ ਬਿਲਕੁਲ ਨਹੀਂ ਪਤਾ ਇਸ ਫੀਲਡ ਦਾ ਤੁਹਾਨੂੰ ਪਤਾ ਆਪਣੇ ਵਾਲੇ ਏਰੀਆ ਨੂੰ ਤਾਂ ਖਾਸ ਕਰਕੇ ਵਰਦਾਨ ਹੀ ਹੈ ਵੀ ਆਈਲੈਂਡ ਸੀ ਵਰਨਾ ਜੀ ਆਈਐਸ ਨੂੰ ਐਲਸੀ ਸਮਝ ਚੱਕਦੇ ਆ ਮੈਂ ਤੁਹਾਨੂੰ ਮਜ਼ਾਕ ਦੀ ਗੱਲ ਸਮਝਾਉਣਾ ਇੱਕ ਜਦੋਂ ਮੇਰਾ ਰਿਸ਼ਤਾ ਹੋਇਆ ਰਿਸ਼ਤਾ ਵੀ ਹੋ ਗਿਆ ਚਲੋ ਘਰਦਿਆਂ ਨੇ ਰਿਸ਼ਤਾ ਕਰਤਾ ਮੇਰਾ ਸਹਾਰਾ ਪਰਿਵਾਰ ਨੂੰ ਤਾਂ ਆਏ ਸੀ ਕਿ ਤੇ ਮੁੰਡੇ ਦਾ ਆਈਲੈਂਡਸ ਦਾ ਕੋਚਿੰਗ ਸੈਂਟਰ ਉਹਦਾ ਬਾਅਦ ਦੱਸਿਆ ਵੀ ਆਈਲੈਂਡਸ ਅਲੱਗ ਹੁੰਦਾ ਆਈਐਸ ਅਲੱਗ ਹੁੰਦਾ ਇੱਕ ਵਧੀਆ ਫੈਮਿਲੀ ਤੋਂ ਆਉਂਦੇ ਆ ਉਹ ਉਸ ਤੇ ਬਾਵਜੂਦ ਵੀ ਨਹੀਂ ਪਤਾ ਸੀਗਾ ਬਿਲਕੁਲ ਪਰ ਸੇਮ ਗੱਲ ਇਹ ਹੈ ਕਿ ਇਹ ਕਿੰਨੇ ਪੰਜਾਬ ਦੇ ਵਿੱਚ ਇਹ ਗੱਲ ਫੈਲੀ ਹੋਈ ਹੈ ਕਿ ਆਪਾਂ ਨੂੰ ਆਪਣੇ ਮੁੰਡੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਜੇ ਸਰਦਾਰ ਛੱਡ ਕੇ ਪੰਜਾਬੀਆਂ ਦੀ ਵੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਕੋਈ ਡੀਸੀ ਜਾਂ ਐਸਐਸਪੀ ਆਪਾਂ ਨੂੰ ਦੇਖਣ ਨੂੰ ਵੀ ਮਿਲਦਾ ਬਹੁਤ ਹੀ ਘੱਟ ਨਾਮ ਹੈਗੇ ਨਾਨਕ ਸਿੰਘ ਜਾਂ ਕੁਝ ਹੋਰ ਕੁਝ ਹੈਗੇ ਹੈਗੇ ਪਰ ਕਿੰਨੇ ਉਂਗਲਾਂ ਤੇ ਗਿਨੇ ਜਾ ਸਕਦੇ ਆ ਆਪ ਨੂੰ ਜ਼ਰੂਰਤ ਹੈ ਜੋ ਹੋਰ ਆਪਾਂ ਕੰਮ ਕਰ ਰਹੇ ਆ ਉਹਦੀ ਵੀ ਠੀਕ ਹੈ ਸੰਤੁਸ਼ਟੀ ਹੈ ਪਰ ਨਾਲ ਇਹ ਵੀ ਜ਼ਰੂਰਤ ਹੈ ਕਿ ਆਪਾਂ ਆਪਦੇ ਏਰੀਆ ਦੇ ਲੋਕਾਂ ਨੂੰ ਕਿੰਨਾ ਇਸ ਪਾਸੇ ਲੈ ਕੇ ਜਾਣਾ ਹੈ ਤਾਂ ਕਿ ਆਈਐਸ ਆਈਪੀਐਸ ਬਣ ਕੇ ਉਸ ਅਹੁਦਿਆਂ ਤੇ ਬੈਠਾ ਜਾਵੇ ਜਿੱਥੇ ਆਪਾਂ ਕੋਈ ਡਿਸੀਜਨ ਲੈ ਸਕੀਏ ਮਨੁਕਾ ਸਾਹਿਬ ਜਿਵੇਂ ਮੈਂ ਪਹਿਲਾਂ ਗੱਲ ਕਰੀ ਭੂਮਿਕਾ ਦੇ ਵਿੱਚ ਆਖਿਆ ਕਿ ਜਦੋਂ ਕੋਚਿੰਗ ਸੈਂਟਰਾਂ ਦੀ ਗੱਲ ਹੁੰਦੀ ਆ ਪ੍ਰਾਈਵੇਟ ਅਦਾਰਿਆਂ ਦੀ ਗੱਲ ਹੁੰਦੀ ਆ ਤਾਂ ਸਾਡੇ ਵਾਲਿਆਂ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਚੀਜ਼ ਫਿੱਟਾ ਹਾਲਾਂਕਿ ਹੁੰਦਾ ਵੀ ਆ ਫਿੱਟਾ ਤਾਂ ਚਲੋ ਬਾਅਦ ਦੀ ਗੱਲ ਹੁੰਦਾ ਵੀ ਕਿ ਬਾਈ ਲੁੱਟਦੇ ਆ ਦੱਬ ਕੇ ਹਣਾ ਚਾ ਭਾਵੇਂ ਕੋਵਿਡ ਦਾ ਟਾਈਮ ਹੋਵੇ ਛੱਡਿਆ ਉਹਨਾਂ ਨੇ ਉਦੋਂ ਵੀ ਨਹੀਂ ਹੈਨਾ ਤਾਂ ਫਿਰ ਤੁਸੀਂ ਕਿਵੇਂ ਸੋਚਿਆ ਕਿ ਯਾਰ ਨਹੀਂ ਯਾਰ ਬਈ ਫ੍ਰੀ ਦੇ ਵਿੱਚ ਮੁਫਤ ਦੇ ਵਿੱਚ ਐਜੂਕੇਸ਼ਨ ਜਿਹੜੀ ਦੇਣੀ ਹੈ ਉਹ ਫ੍ਰੀ ਦੇ ਵਿੱਚ ਦੇਣੀ ਹੈ ਹਾਂਜੀ ਜਸ ਇਸ ਦੇ ਵਿੱਚ ਦੇ ਕੋ ਬਿਜ਼ਨਸ ਦਾ ਸਭ ਨੂੰ ਕਰਨਾ ਹੀ ਹੈ ਪਰਵਾਰ ਸਭ ਦੇ ਹੈਗੇ ਆ ਰੱਬ ਦੀ ਕਿਰਪਾ ਨਾਲ ਸਾਡਾ ਦਿੱਲੀ ਵਾਲਾ ਸੈਂਟਰ ਵਧੀਆ ਚੱਲਦਾ ਹੈ ਅਸੀਂ ਬਠਿੰਡਾ ਸੈਂਟਰ ਦੇ ਵਿੱਚ ਕਦੇ ਵੀ ਨਹੀਂ ਸੋਚਿਆ ਸੀਗਾ ਵੀ ਅਸੀਂ ਬੱਚਾ ਤੋਂ ਬਹੁਤ ਜ਼ਿਆਦਾ ਪੈਸੇ ਲੈਣੇ ਜਾਂ ਅਸੀਂ ਟੀਚਰ ਵੀ ਅਭੀ ਚਲੋ ਕੁਆਲਿਟੀ ਨੂੰ ਕੰਪਰੋਮਾਈਜ਼ ਨਾ ਕਰਦੇ ਹੋ ਟੀਚਰ ਵੀ ਸਾਰੇ ਦਿੱਲੀ ਤੋਂ ਹੀ ਇੱਥੇ ਲਿਆ ਕੇ ਰੱਖੇ ਹੋਏ ਆ ਇੱਥੇ ਪੜਾਉਂਦੇ ਆ ਮਾਰਨਿੰਗ ਤੇ ਈਵਨਿੰਗ ਦੇ ਵਿੱਚ ਬੈਚਸ ਹੁੰਦੇ ਆ ਪਰ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਬੱਚਾ ਨੂੰ ਇੱਕ ਅਵੇਅਰਨੈਸ ਨਹੀਂ ਸੀ ਜਿਹੜੇ ਬੱਚੇ ਆਈਐਸ ਬੰਨਾ ਚਾਹੁੰਦੇ ਸੀਗੇ ਉਹਨਾਂ ਕੋਲੇ ਪੈਸੇ ਨਹੀਂ ਸੀਗੇ ਤਾਂ ਅਸੀਂ ਫਿਰ ਕਿਹ ਕ੍ਰਾਈਟੇਰੀਆ ਡਿਸਾਈਡ ਕੀਤਾ ਫਾਦਰ ਸਾਹਿਬ ਨਾਲ ਗੱਲ ਕੀਤੀ ਫਾਦਰ ਸਾਹਿਬ ਕਹਿੰਦੇ ਵੀ ਕੁਝ ਸਭ ਨੂੰ ਤਾਂ ਦੇ ਨਹੀਂ ਸਕਦੇ ਕ੍ਰਾਈਟੇਰੀਆ ਡਿਸਾਈਡ ਕਰ ਲਓ ਤਾਂ ਅਸੀਂ ਤਿੰਨ ਕ੍ਰਾਈਟੇਰੀਆ ਡਿਸਾਈਡ ਕੀਤੇ ਪਹਿਲਾ ਜੇ ਕਿਸੇ ਬੱਚੇ ਨੇ ਅਮਰੇਸ਼ ਅਗਿਆ ਹੋਇਆ ਹੈ ਆਪਾਂ ਨੂੰ ਟੋਟਲੀ ਫ੍ਰੀ ਕੋਚਿੰਗ ਹੈ ਚਾਹੇ ਗਰੀਬ ਹੈ ਚਾਹੇ ਅਮੀਰ ਕੋਈ ਗੱਲ ਨਹੀਂ ਸੈਕੰਡ ਥਿੰਗ ਜੇ ਕਿਸੇ ਪੇਰੈਂਟਸ ਦੀ ਸ਼ਹਾਦਤ ਹੋਈ ਹੈ ਇੰਡੀਅਨ ਆਰਮੀ ਦੇ ਵਿੱਚ ਕਿਸੇ ਵੀ ਵਰਗ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਆਪਣਾ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਫ੍ਰੀ ਦੇਵਾਂਗੇ ਥਰਡਲੀ ਜੇ ਕਿ ਜੈਨੂਨਲੀ ਗਰੀਬ ਲੜਕੀਆਂ ਹੈਗੀਆਂ ਸੱਤ ਲੜਕੀਆਂ ਹਰ ਜ਼ਿਲ੍ਹੇ ਦੇ ਵਿੱਚੋਂ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਹਾਂਗੇ ਜੈਨੂਨਲੀ ਗਰੀਬ ਲੜਕੀਆਂ ਹੁਣ ਅਸੀਂ ਉਹਨਾਂ ਨੂੰ ਜਾ ਕੇ ਵੈਰੀਫਾਈ ਕਰਦੇ ਹਾਂ ਕਿ ਰੀਅਲਟੀ ਵਿੱਚ ਗਰੀਬ ਹੈ ਨਹੀਂ ਕਿ ਉਹ ਹੀ ਕਹਿੰ ਜਾਂਦੇ ਆ ਏਦਾਂ ਦਾ ਵੀ ਹੁੰਦਾ ਹੋਊ ਵੀ ਉਹੀ ਹੋ ਗਿਆ ਕੰਮ ਬਹੁਤ ਵਾਰ ਹੋਇਆ ਜੀ ਤੁਹਾਨੂੰ ਚਲੋ ਇੱਕ ਮਜ਼ਾਕ ਦੀ ਗੱਲ ਦੱਸ ਦਿਆਂ ਅਸੀਂ ਇੱਕ ਕੋਈ ਬੱਚਾ ਆ ਗਿਆ ਨਾਮ ਤਾਂ ਨਹੀਂ ਲਾਉਂਗਾ ਮੈਂ ਵੀ ਬੱਚਾ ਆ ਕੇ ਕਹਿੰਦਾ ਜੀ ਅਸੀਂ ਗਰੀਬ ਹੈ ਸਾਡੇ ਕੋਲ ਟਾਈਮ ਨਹੀਂ ਲੱਗਿਆ ਉਹਨਾਂ ਦੇ ਘਰ ਜਾ ਕੇ ਦੇ ਦੋ ਕੁ ਮਹੀਨੇ ਬਾਦ ਉਹ ਲੜਕੀ ਆਉਣ ਨੂੰ ਹਟ ਗਈ ਅਸੀਂ ਪਤਾ ਕਰਾਇਆ ਵੀ ਕਾਹਤੋਂ ਨਹੀਂ ਆ ਰਹੀ ਵੀ ਪੜ੍ਹਾਈ ਵੀ ਸਾਰੀ ਵਧੀਆ ਚੱਲ ਰਹੀ ਹੈ ਉਹ ਬਾਅਦ ਚ ਪਤਾ ਲੱਗਿਆ ਜੀ ਲੜਕੀ ਵੀ ਸਰਕਾਰੀ ਟੀਚਰ ਉਹਦੇ ਮਦਰ ਵੀ ਸਰਕਾਰੀ ਟੀਚਰ ਤੇ ਫਾਦਰ ਵੀ ਸਰਕਾਰੀ ਟੀਚਰ ਕੋਚਿੰਗ ਥੋੜੋ ਫ੍ਰੀ ਚ ਲੈ ਰਹੇ ਕੋਚਿੰਗ ਕਿੰਨੇ ਸੀ ਫ੍ਰੀ ਤੁਹਾਡੀ ਗਰੀਬ ਪਰਿਵਾਰਾ ਸੀ ਨਾਰਮਲੀ ਚੈੱਕ ਕਰਦੇ ਹੁੰਨੇ ਆ ਘਰ ਚ ਜਾ ਕੇ ਕਿਉਂਕਿ ਬਟਿੰਡਾ ਵਾਲਾ ਵੱਡਾ ਤਾਂ ਐਨੀ ਜਾਣ ਪਛਾਣ ਵੀ ਹੁੰਦੀ ਹੈ ਜੀ ਤੇ ਉਹ ਬਾਅਦ ਚ ਪਤਾ ਲੱਗਿਆ ਜੀ ਉਹ ਤਾਂ ਮੈਂ ਚਲੋ ਰੱਬ ਦੀ ਮਰਜ਼ੀ ਹੈ ਜਿਹੜੇ ਪੜ ਗਿਆ ਪੜ ਗਿਆ ਹੁਣ ਅੱਗੇ ਅੱਗੇ ਫਿਰ ਅਸੀਂ ਹੁਣ ਥੋੜਾ ਜਿਹਾ ਵੱਧ ਧਿਆਨ ਰੱਖਦੇ ਆ ਵੀ ਇਸ ਬੱਚਿਆ ਤੋਂ ਇਸ ਕੰਮ ਤੋਂ ਬਚਿਆ ਜਾ ਸਕੇ ਤੇ ਜੇ ਫੀਸ ਵੀ ਚਾਰਜ ਕਰਦੇ ਬੜੀ ਜੈਨੂਇਨ ਜੀ ਫੀਸ ਰੱਖੀ ਹੋਈ ਹੈ ਜਾਏ ਜੇਕਰ ਮੈਂ ਇਸ ਸਕੀਮ ਦੀ ਗੱਲ ਕਰਾਂ ਸਕਾਲਰਸ਼ਿਪ ਦੀ ਗੱਲ ਕਰਾਂ ਕਿੰਨਾ ਸਮਾਂ ਹੋ ਗਿਆ ਤੁਸੀਂ ਫ੍ਰੀ ਦੇ ਵਿੱਚ ਜਿਹੜਾ ਹੈਗਾ ਕੋਚਿੰਗ ਦੇ ਰਹੇ ਹੋ ਕੋਚਿੰਗ ਇੰਸਟੀਚਿਊਟ ਨੂੰ ਕੁਛ 6 ਸਾਲ ਹੋ ਗਏ ਜੀ ਤੇ 1.5 ਸਾਲਾਂ ਤੋਂ ਬਾਅਦ ਅਸੀਂ ਯਾਨੀ ਕਿ ਇਨੀਸ਼ੀਅਲ 6-7 ਮਹੀਨੇ ਬਾਅਦ ਇਹ ਸេចក្តਾ ਸੀਗਾ ਵੀ ਫ੍ਰੀ ਐਜੂਕੇਸ਼ਨ ਵੀ ਦਿੱਤੀ ਜਾਊਗੀ ਅਸੀਂ ਸਾਡੀਆਂ ਬ੍ਰਾਂਚੇਜ਼ ਦਾ ਜਿਵੇਂ ਦਿੱਲੀ ਹੈ ਚੰਡੀਗੜ੍ਹ ਹੈ ਪੂਨੇ ਹੈ ਅਮਰਾਵਤੀ ਹੈ ਆਈਟਾ ਨਗਰ ਹੈ ਅਸੀਂ ਹਰ ਬ੍ਰਾਂਚ ਦੇ ਵਿੱਚ ਇਹ ਅਨਾਉਂਸਮੈਂਟ ਹੈ ਵੀ ਜੇ ਤਿੰਨ ਕ੍ਰਾਈਟੇਰੀਆ ਦੇ ਵਿੱਚ ਕੋਈ ਵੀ ਬੱਚਾ ਫਾਲੋ ਕਰਦਾ ਸਾਡੇ ਕੋਲੇ ਫ੍ਰੀ ਪੜ ਸਕਦੇ ਆ ਅੱਛਾ ਇੱਕ ਉਹ ਕਿੱਸਾ ਸਾਂਝਾ ਕਰੋ ਜਿਹੜਾ ਤੁਸੀਂ ਪਟਿਆਲਾ ਯੂਨੀਵਰਸਿਟੀ ਦੇ ਕੋਲੇ ਬ ਕੋਚਿੰਗ ਲੋ ਤੇ ਕਿੰਨੇ ਕੁ ਫੋਨ ਕਾਲ ਆਗੇ ਸੀ ਉਹਦੇ ਉਹ ਤਾਂ ਜੀ ਪੰਜਾਬੀ ਜਿਗਾ ਨੂੰ ਮਜ਼ਾਕ ਹੀ ਹੋ ਗਿਆ ਸਾਡੇ ਨਾਲ ਅਸੀਂ ਜੀ ਇੱਕ ਕੀ ਹੋਲਡਿੰਗ ਪਟਿਆਲਾ ਯੂਨੀਵਰਸਿਟੀ ਦੇ ਸਾਹਮਣੇ ਰੈਂਟ ਤੇ ਲਈ ਹੋਲਡਿੰਗ ਓਕੇ 16000 ਰੁਪਏ ਰੈਂਟ ਸੀਗਾ ਆਪਦੀ ਜੇਬ ਚੋਂ ਪੇ ਵੀ ਕਰਦੇ ਸੀਗੇ ਚਲੋ ਕੰਮ ਆ ਕਰਨਾ ਹੀ ਪੈਣਾਗਾ ਅਸੀਂ 3 ਮਹੀਨੇ ਹੋਲਡਿੰਗ ਲਗਾਈ ਰੱਖੀ ਹੂੰ ਸਾਨੂੰ ਇੱਕ ਵੀ ਕਾਲ ਨਹੀਂ ਆਈ ਅਸੀਂ ਉਹਦੇ ਵੱਡਾ ਵੱਡਾ ਲਿਖਿਆ ਹੋਇਆ ਸੀਗਾ ਜੀ ਮੇਰੇ ਫਾਦਰ ਸਾਹਿਬ ਦੇ ਨਾਮ ਸਰਦਾਰ ਰਗਵੀਰ ਸਿੰਘ ਮਦਰ ਸਾਹਿਬ ਦਾ ਮਦਰ ਜੀ ਦਾ ਨਾਮ ਹੈਗਾ ਅਚੰਦਰਪਾਲ ਕੌਰ ਅਸੀਂ ਉਹਨਾਂ ਦੇ ਨਾਮ ਤੇ ਸਕਾਲਰਸ਼ਿਪ ਸਕੀਮ ਲਾਈ ਵੀ ਇਸ ਕੈਟਾਗਰੀ ਦੇ ਬੱਚੇ ਜੇ ਸਾਡੇ ਕੋਲੇ ਫ੍ਰੀ ਪੜਨਾ ਚਾਹੁੰਦੇ ਸਾਨੂੰ ਸੰਪਰਕ ਕਰੋ ਭਾਜੀ ਹੈਰਾਨੀ ਵਾਲੀ ਅਸੀਂ ਸਾਨੂੰ ਪਹਿਲਾਂ ਐਕਸਪੈਕਟੇਸ਼ਨ ਸੀ ਵੀ ਜਦੋਂ ਇਹ ਕਰਾਂਗੇ ਬਹੁਤ ਕਾਲਸ ਆਉਣਗੀਆਂ ਫਿਰ ਘਰ ਮਜ਼ਾਕ ਹੋਣ ਲੱਗ ਗਿਆ ਸਾਡੇ ਨਾਲ ਨਾਟ ਈਵਨ ਅ ਸਿੰਗਲ ਕਾਲ ਇੱਕ ਵੀ ਕਾਲ ਨਹੀਂ ਆਏਗੀ ਸਾਨੂੰ ਦੁੱਖ ਹੋਇਆ ਤੁਸੀਂ ਆ ਜਾਣ ਕੇ ਵੀ ਫ੍ਰੀ ਵਿੱਚ ਵੀ ਬੱਚਾ ਨੂੰ ਪੜਨ ਲਈ ਤਿਆਰ ਨਹੀਂ ਹੈਗੇ ਜੀ ਪਤਾ ਨਹੀਂ ਕਿ ਕਿੱਧਰ ਨੂੰ ਜਾ ਰਹੀ ਹੈ ਤੇ ਬਹੁਤ ਵਾਰੀ ਲੋਕ ਕਹਿੰਦੇ ਆ ਕਿ ਯੂਥ ਭਟਕਿਆ ਹੋਇਆ ਹੈ ਮੈਂ ਨਹੀਂ ਕਹਿੰਦਾ ਯੂਥ ਭਟਕਿਆ ਹੋਇਆ ਹੈ ਮੈਂ ਇਹ ਗੱਲ ਮੰਨਦਾ ਕਿ ਯੂਥ ਨੂੰ ਆਪਾਂ ਦਿਸ਼ਾ ਦੇਣ ਦੇ ਵਿੱਚ ਕਾਮਯਾਬ ਨਹੀਂ ਹੋਏ ਜੇ ਆਪਾਂ ਯੂਥ ਆਇਲਸ ਵੱਲ ਜਾ ਰਹੇ ਆ ਆਪਾਂ ਐਗਰੀਕਲਚਰ ਬਹੁਤ ਕੰਟ੍ਰਿਬਿਊਟ ਕੀਤਾ ਆਪਣੇ ਬਹੁਤ ਬੱਚੇ ਇੰਜੀਨੀਅਰ ਬਣੇ ਡਾਕਟਰ ਬਣੇ ਹੁਣ ਇੱਕ ਉਸ ਦਿਸ਼ਾ ਨੂੰ ਇੱਕ ਹੋਰ ਤਰੀਕੇ ਦਿਖਾਉਣ ਦੀ ਜ਼ਰੂਰਤ ਹੈ ਵੀ ਹੁਣ ਆਪਾਂ ਨੂੰ ਜ਼ਰੂਰਤ ਹੈ ਜਦੋਂ ਪੰਜਾਬ ਦੇ ਬੱਚੇ ਆਪਣੇ ਆਪ ਦੇ ਬੱਚੇ ਇਹ ਆਈਐਸ ਆਈਪੀਐਸ ਦੀਆਂ ਕੁਰਸੀਆਂ ਤੇ ਬੈਠ ਕੇ ਇੱਕ ਅਹੁਦੇ ਵਾਲੀ ਕੁਰਸੀਆਂ ਤੇ ਬੈਠ ਸਕਣ ਤੇ ਡਿਸੀਜਨ ਲੈ ਸਕਣ ਤੇ ਮ ਜੇ ਆਪਣੇ ਜੋ ਤਿੰਨ ਬਿੱਲ ਪਾਸ ਹੋਏ ਆ ਜੇ ਆਪਣੇ ਬੰਦੇ ਉੱਥੇ ਬੈਠੇ ਹੁੰਦੇ ਮੈਂ ਮੰਨਦਾ ਜੀ ਨਹੀਂ ਹੋਣਾ ਸੀ ਇਹ ਜੇ ਹੋ ਵੀ ਜਾਂਦਾ ਘੱਟੋ ਘੱਟ ਐ ਤਾਂ ਹੁੰਦਾ ਵੀ ਪਤਾ ਤਾਂ ਲੱਗ ਜਾਂਦਾ ਵੀ ਇਹ ਗਲਤ ਕੰਮ ਹੋ ਰਿਹਾ ਆਪਣੇ ਲਈ ਠੀਕ ਹੈ ਇਸ ਬਹੁਤ ਜ਼ਿਆਦਾ ਪਰ ਜੇ ਆਪਣੀ ਇੱਕ ਮਾਰ ਕਿੱਥੇ ਪੈ ਗਈ ਜੀ ਆਪਣੇ ਉੱਤੇ ਬੱਚੇ ਕੁਝ ਵੀ ਨਹੀਂ ਹੈ ਜੀ ਜੇ ਆਪਣੇ ਬੰਦੇ ਉੱਥੇ ਬੈਠੇ ਹੁੰਨ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਤੇ ਇੱਕ ਹੋਰ ਵੀ ਗੱਲ ਆ ਬਾਈ ਕਿ ਜੇਕਰ ਸਾਡੇ ਇਲਾਕੇ ਦਾ ਡੀਸੀ ਸਾਡਾ ਪੰਜਾਬੀ ਹੋਵੇ ਕਿਉਂਕਿ ਤੁਸੀਂ ਜਿੱਥੋਂ ਦੇ ਹੁੰਨੇ ਹੋ ਜਿੱਥੇ ਜੰਮੇ ਪੜੇ ਹੋ ਹੁੰਨੇ ਹੋ ਤੁਸੀਂ ਉਸ ਨੂੰ ਬੜੀ ਚੰਗੀ ਤਰ੍ਹਾਂ ਦੇ ਨਾਲ ਸਮਝ ਸਕਦੇ ਹੁੰਨੇ ਹੋ ਕਿਸੇ ਹੋਰ ਨਾਲ ਸੂਬੇ ਦਾ ਆ ਕੇ ਪੰਜਾਬ ਦੇ ਵਿੱਚ ਜਾਂ ਬਠਿੰਡੇ ਦੇ ਵਿੱਚ ਆ ਕੇ ਕਿਵੇਂ ਸਮਝ ਲੂ ਇਹ ਵੀ ਤਾਂ ਗੱਲ ਮੁੱਖ ਹੈ ਬਹੁਤ ਜ਼ਿਆਦਾ ਜੀ ਜਿਵੇਂ ਭਾਸ਼ਾ ਆਪਣੇ ਪੰਜਾਬ ਦੀ ਬਦਲ ਜਾਂਦੀ ਥੋੜੇ ਥੋੜੇ ਸਮੇਂ ਤੇ ਜੀ ਹੁਣ ਬਾਹਰਲੇ ਬੰਦੇ ਜਿਵੇਂ ਪੰਜਾਬੀ ਵਿੱਚ ਕਈ ਵਾਰੀ ਗੱਲਾਂ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਬਾਹਰਲਾ ਬੰਦਾ ਉਸ ਤਰੀਕੇ ਨੂੰ ਨਹੀਂ ਸਮਝ ਸਕਦਾ ਇਸ ਕਰਕੇ ਪ੍ਰੋਬਲਮਸ ਵੀ ਆਉਂਦੀਆਂ ਆਪਾਂ ਦੇਖਦੇ ਹਾਂ ਜੇ ਆਪਣੇ ਇੱਥੇ ਬੱਚੇ ਹੈ ਨਹੀਂ ਕੋਈ ਵੀ ਆਈਐਸ ਆਈਪੀਐਸ ਕੋਈ ਬੱਚੇ ਹੈ ਨਹੀਂਗੇ ਜੇ ਆਪਣੇ ਬੱਚੇ ਨੂੰ ਇੱਕ ਉਦਮ ਕੀਤਾ ਜਾਵੇ ਗਰੀਬ ਜਲਦੀ ਕਿ ਕਲਸਟ ਵੀ ਬਣਾ ਰਹੇ ਬਹੁਤ ਹੀ ਉਗਿਆਨ ਸ਼ਕਤੀ ਤਾਂ ਸਾਡੇ ਨਾਲ ਜੁੜ ਰਹੀ ਹੈ ਉਹਨਾਂ ਨੂੰ ਅੱਗੇ ਮੈਂ ਰੱਖਿਆ ਸੀ ਆਪਾਂ ਨੂੰ ਆਪਦੇ ਬੱਚਿਆਂ ਨੂੰ ਅੱਗੇ ਲੈ ਕੇ ਹੋਣਾ ਹੈ ਤੇ ਜਲਦੀ ਅਸੀਂ ਉਸ ਦੀ ਅਨਾਉਂਸਮੈਂਟ ਵੀ ਕਰਾਂਗੇ ਤੁਹਾਨੂੰ ਵੀ ਬੁਲਾਵਾਂਗੇ ਡੈਫੀਨਿਟਲੀ ਉਸ ਅਨਾਉਂਸਮੈਂਟ ਦੇ ਵਿੱਚ ਅਸੀਂ ਐਨ ਆਰ ਆਈ ਭਰਾਵਾਂ ਨੂੰ ਅਪੀਲ ਕਰਾਂਗੇ ਸਾਡੇ ਵੱਲੋਂ ਜਿੰਨਾ ਹੋ ਰਿਹਾ ਅਸੀਂ ਮੈਕਸਿਮਮ ਫੀਸ ਦੇ ਵਿੱਚ ਡਿਸਕਾਊਂਟ ਕਰਾਂਗੇ ਵੀ ਜਿੰਨਾ ਸਾਡਾ ਆਪਦਾ ਖਰਚ ਆਉਂਦਾ ਹੈ ਉਦੋਂ ਛੱਡ ਕੇ ਐਨ ਆਰ ਆਈ ਭਰਾਵਾਂ ਨੂੰ ਪੈਰਾਂ ਨੂੰ ਉਹਨਾਂ ਨੂੰ ਅਪੀਲ ਕਰਾਂਗੇ ਵੀ ਤੁਸੀਂ ਹੋਰ ਵੀ ਕੰਟਰੀਬਿਊਸ਼ਨ ਕਰ ਰਹੇ ਹੋ ਉਹ ਕੰਟਰੀਬਿਊਸ਼ਨ ਕਰਦੇ ਰਹੋ ਅਸੀਂ ਇੱਕ 100% ਟਰਾਂਸਪੇਰੈਂਟ ਤਰੀ ਦੀ ਲੱਗੂਗੀ ਫੀਸ ਸਾਰਿਆਂ ਦੀ ਸੇਮ ਹੀ ਹੋਊਗੀ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਹੋਣਗੇ ਤੇ ਉਹਦੇ ਮੁਤਾਬਿਕ ਜੋ ਵੀ ਉਸ ਅਕਾਊਂਟ ਦੇ ਵਿੱਚ ਪੈਸਾ ਜੋ ਵੀ ਡੋਨੇਟ ਕਰਨਾ ਚਾਹੂਗਾ ਜਾਂ ਨਾ ਕਰ ਉਹ ਜਿਵੇਂ ਵੀ ਉਹਨਾਂ ਦੀ ਇੱਛਾ ਹੈ ਅਕੋਰਡਿੰਗਲੀ ਪਤਾ ਹੋਊਗਾ ਕਿਹੜੇ ਬੱਚੇ ਨੂੰ ਪੈਸਾ ਡੋਨੇਟ ਕੀਤਾ ਜਾ ਰਿਹਾ ਹੈਗਾ ਉਹਦੇ ਨੰਬਰ ਕਿੰਨੇ ਆ 85 80% ਤੋਂ ਘੱਟ ਵਾਲੇ ਨੂੰ ਅਸੀਂ ਉਸ ਕ੍ਰਾਈਟੇਰੀਆ ਦੇ ਵਿੱਚ ਨਹੀਂ ਲਵਾਂਗੇ ਵੀ ਜਿਹੜਾ ਗਰੀਬ ਪਰਿਵਾਰ ਦਾ ਇੱਕ ਮਿਹਨਤੀ ਬੱਚਾ ਉਸ ਕ੍ਰਾਈਟੇਰੀਆ ਦੇ ਵਿੱਚ ਨਹੀਂ ਲਵਾਂਗੇ ਅਸੀਂ 80% ਅਸੀਂ ਮੰਨਦੇ ਆ ਕਿ 12ਵੀਂ ਦੇ ਵਿੱਚ ਨੰਬਰ ਹੋਣੇ ਚਾਹੀਦੇ ਹੈਗੇ ਤੇ ਉਸ ਕ੍ਰਾਈਟੇਰੀਆ ਵਿੱਚ ਜੋ ਵੀ ਬੱਚੇ ਪੜਨਾ ਚਾਹੁੰ ਜੇ ਇਹ ਹੀ ਸਕੀਮ ਤੁਸੀਂ ਹੈਲਥ ਸੈਂਟਰ ਹੁੰਦਾ ਤੇਹੀ ਸਕੀਮ ਦਿੱਤੀ ਹੁੰਦੀ ਮੱਲਾ ਜਵਾਗ ਸਾਹਮਣੇ ਬਈ ਔਖੇ ਹੋ ਜਾਣੇ ਸੀ ਬਿਲਕੁਲ ਸਹੀ ਜੀ ਜਵਾਗ ਸਾਹਮਣੇ ਔਖੇ ਹੋ ਜਾਣੇ ਸੀ ਪਰ ਮੈਂ ਤੁਹਾਨੂੰ ਇੱਕ ਹੋਰ ਐਕਸਪੀਰੀਅੰਸ ਸ਼ੇਅਰ ਕਰਦਾ ਹਾਂ ਜੀ ਮਹਾਰਾਸ਼ਟਰ ਦੇ ਵਿੱਚ ਇੱਕ ਪਟੇਲ ਕਮਿਊਨਿਟੀ ਹੈ ਜੀ ਪਟੇਲ ਅਲੱਗ ਹੁੰਦੀ ਹੈ ਪਟੇਲ ਅਲੱਗ ਕਮਿਊਨਿਟੀ ਹੈ ਉਹਨਾਂ ਨੇ ਆਪਦੇ ਬੱਚਿਆਂ ਨੂੰ ਆਈਐਸ ਪੀਸੀਐਸ ਤੇ ਇਹਨਾਂ ਐਗਜ਼ਾਮਸ ਦੀ ਤਿਆਰੀ ਕਰਵਾਉਣ ਦੇ ਲਈ ਹਰ ਸਾਲ 200 ਕਰੋੜ ਰੁਪਇਆ ਰੱਖਦੇ ਆ ਜੀ ਉਹ ਜੀ ਸਿਰਫ ਇਸ ਲਈ ਤੇ ਆਪਣੇ ਵਾਲੇ ਤੇ ਆਈਲੈਂਡਸ ਵਾਲੇ ਆਈਲਸਾਰੇ 200 ਕਰੋੜ ਭਾਲਦੀ ਆ ਕਿ ਨਹੀਂ ਉਹ ਕਿਉਂਕਿ ਉਹ ਚਾਹੁੰਦੇ ਆ ਕਿ ਸਾਡੇ ਬੱਚੇ ਆਈਲਸ ਬਣ ਆਈਐਸ 1 ਇਧਰ ਵਸੇ ਨਾ ਜਾਣ ਬੱਚਿਆਂ ਦੀ ਕੋਚਿੰਗ ਦੀ ਫੀਸ ਵੀ ਦਿੰਦੇ ਆ ਜੀ ਬੱਚਿਆਂ ਨੂੰ ਦਿੱਲੀ ਭੇਜਦੇ ਆ ਉੱਥੇ ਰਹਿਣ ਖਾਣ ਪੀਣ ਦਾ ਸਾਰਾ ਖਰਚਾ ਵੀ ਉਹ ਕਮਿਊਨਿਟੀ ਉਠਾਉਂਦੀ ਹੈ ਤੇ ਹਰ ਸਾਲ ਇਹਨਾਂ ਬਜਟ ਹੁੰਦਾ ਜੀ ਆਪਣਾ ਤਾਂ ਮੈਂ ਕਹਿੰਦਾ ਜੀ ਉਦੋਂ ਜੇ 5% ਵੀ ਹੋ ਜੇ ਜੀ ਤਾਂ ਹੀ ਪੰਜਾਬ ਨੂੰ ਬਹੁਤ ਹੈਗਾ ਪਰ ਜ਼ਰੂਰਤ ਹੈ ਜੀ ਇਹ ਆਪਾਂ ਜੇ ਫ੍ਰੀ ਦੇਣਾ ਕੁਝ ਵੀ ਦੇਣਾ ਇੱਕ ਚੰਗੇ ਪਾਸੇ ਤਾਂ ਦਈਏ ਜਿਵੇਂ ਦੂਸਰੀ ਸਟੇਟਸ ਕਰ ਰਹੀ ਹੈ ਹਰ ਸਟੇਟਸ ਦੀ ਸਕੀਮ ਹੈਗੀਆਂ ਜੀ ਪੰਜਾਬ ਦੀ ਨਹੀਂ ਹੈਗੀਆਂ ਹੋਣੀਆਂ ਚਾਹੀਦੀਆਂ ਅਤੇ ਜੇਕਰ ਬਿਜਲੀ ਪਾਣੀ ਵਾ ਫ੍ਰੀ ਕਰਨ ਦੀ ਬਜਾਏ ਰਾਸ਼ਨ ਫ੍ਰੀ ਕਰਨ ਦੀ ਬਜਾਏ ਐਜੂਕੇਸ਼ਨ ਫ੍ਰੀ ਦੇ ਵਿੱਚ ਦੇ ਦੀ ਤਾਂ ਸ਼ਾਇਦ ਸਾਨੂੰ ਬਿਜਲੀ ਪਾਣੀ ਦੀ ਜ਼ਰੂਰਤ ਨਾ ਪਵੇ ਆਟਾ ਦਾਲ ਸਕੀਮ ਦੀ ਜ਼ਰੂਰਤ ਹੀ ਨਾ ਪਵੇ ਹਾਂਜੀ ਬਿਲਕੁਲ ਸਹੀ ਗੱਲ ਆਈ ਸਭ ਤੋਂ ਵੱਡੀ ਗੱਲ ਜਿਵੇਂ ਐਜੂਕੇਸ਼ਨ ਫ੍ਰੀ ਹੋਵੇ ਪਲੱਸ ਨਾਲ ਹੀ ਜਿਵੇਂ ਮੈਡੀਕਲ ਸਰਵਿਸਿਜ਼ ਫ੍ਰੀ ਹੋ ਜਾਣ ਜਾਂ ਦੋ ਚੀਜ਼ਾਂ ਹੀ ਫ੍ਰੀ ਹੋ ਜਾਣ ਤਾਂ ਮੈਨੂੰ ਨਹੀਂ ਲੱਗਦਾ ਕੈਪेबल ਤਾਂ ਪੰਜਾਬੀ ਹੈਗੀ ਆ ਜੀ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਕਹਿੰਦੇ ਤਾਂ ਕੀ ਨਿਆਚ ਜਾ ਕੇ ਵੀ ਖੇਤੀ ਕਰ ਲੈਣਗੇ ਜੀ ਚੰਦ ਉੱਤੇ ਜਾ ਕੇ ਵੀ ਖੇਤੀ ਕਰ ਲੈਣਗੇ ਰੱਬ ਨੇ ਆਪਾਂ ਨੂੰ ਇੱਕ ਗੁਣ ਦਿੱਤਾ ਹੋਇਆ ਗੁਣ ਹੈ ਮਿਹ ਬਸ ਉਸ ਮਿਹਨਤ ਨੂੰ ਹੁਣ ਇੱਕ ਨਵੀਂ ਦਿਸ਼ਾ ਦੇਣ ਦੀ ਜ਼ਰੂਰਤ ਹੈ ਵੀ ਹਾਂ ਇਸ ਪਾਸੇ ਵੀ ਆ ਕੇ ਆਪਾਂ ਮਿਹਨਤ ਕਰੀਏ ਤੇ ਆਪਾਂ ਉਸ ਡਿਸੀਜਨ 메ਕਿੰਗ ਜਗਤੇ ਅਗੇ ਬੈਠੀਏ ਅੱਛਾ ਇੱਕ ਗੱਲ ਹੋਰ ਦੱਸੋ ਤੁਸੀਂ ਮੁਫਤ ਵਿੱਚ ਆਈ ਐਸਐਪੀਐਸ ਦੀ ਕੋਚਿੰਗ ਜਿਹੜੀ ਆ ਦੇ ਰਹੇ ਹੋ ਪਰ ਜੇਕਰ ਫੀਸ ਪੂਰੀ ਕੰਪਲੀਟ ਜਿਹੜੀ ਫੀਸ ਆ ਉਹ ਕਿੰਨੀ ਆ ਪਤਾ ਤਾਂ ਲੱਗ ਜਾ ਕਿ ਅਸੀਂ ਭਾਈ ਇੰਨੀ ਫੀਸ ਆ ਪਰ ਅਸੀਂ ਲੈ ਨਹੀਂ ਰਹੇ ਕਿੰਨੀ ਫੀਸ ਆ ਬਸ ਫੀਸ ਹੈਗੀ ਟੋਟਲ ਬਣਦੀ 1,47,500 ਜੀਐਸਟੀ ਮਿਲਾ ਕੇ ਇਹ ਫੀਸ ਹੈ ਜੀ ਜਿਹੜੀ ਅਸੀਂ ਟੋਟਲੀ ਫ੍ਰੀ ਕਰ ਦਿੰਦੇ ਹਾਂ ਟੋਟਲੀ ਫ੍ਰੀ ਕਰ ਦੇ ਇਹ ਕੋਰਸ ਪੂਰੇ ਕੋਰਸ ਦੀ ਇਹ ਪੂਰੇ ਨੀਆਂ ਬ੍ਰਾਂਚੇਜ਼ ਨੇ ਬਾਈ ਹੁਣ ਤੁਹਾਡੀ ਜੀ ਮੇਰੀ ਇੱਥੇ ਬਟੰਡਾ ਹੈ ਦਿੱਲੀ ਮੇਨ ਬ੍ਰਾਂਚ ਹੈ ਜੀ ਚੰਡੀਗੜ੍ਹ ਅਸੀਂ ਰੀਸੈਂਟਲੀ ਓਪਨ ਕੀਤਾ ਹੈਗਾ ਤੇ ਪੂਨੇ ਹੈ ਜੀ ਅਮਰਾਵਤੀ ਹੈ ਤੇ ਦੋ ਪਾਈਪਲਾਈਨ ਦੇ ਵਿੱਚ ਹੈ ਪਟਿਆਲਾ ਵੀ ਜਲਦੀ ਖੋਲ ਰਹੇ ਆ ਤੇ ਜੈਪੁਰ ਵੀ ਆਲਮੋਸਟ ਰੈਡੀ ਹੈ ਪਾਈਪਲਾਈਨ ਦੇ ਵਿੱਚ ਹੈ ਜੀ ਅੱਛਾ ਅਮਲੁਕਾ ਸਾਹਿਬ ਇੱਕ ਚੀਜ਼ ਮੈਨੂੰ ਹੋਰ ਦੱਸੋ ਇਸ ਚੀਜ਼ ਦੀ ਤੁਹਾਨੂੰ ਵੀ ਕਿਤੇ ਨਾ ਕਿਤੇ ਦੁੱਖ ਆਉਂਦਾ ਹੋਣਾ ਜਦੋਂ ਉੱਚੇ ਆਉਂਦੇ ਆ ਤੇ ਬੈਠਿਆ ਤੁਸੀਂ ਕਿਉਂਕਿ ਤੁਸੀਂ ਮੁਫਤ ਦੇ ਵਿੱਚ ਜਿਹੜੀ ਹੈਗਾ ਸਿੱਖਿਆ ਦੇ ਰਹੇ ਹੋ ਪਰ ਫਿਰ ਵੀ ਸਾਡੇ ਜਵਾਕ ਜਿਹੜੇ ਲੈ ਕੇ ਰਾਜੀ ਨਹੀਂ ਸਾਡੇ ਜਿਹੜੇ ਬੱਚੇ ਆ ਉਹ ਬਾਹਰ ਜਾ ਕੇ ਰਾਜੀ ਆ ਬਾਹਰ ਦੇ ਜਹਾਜ਼ ਜਾਂ ਜਿਵੇਂ ਕਹਿੰ ਉਰਨਾ ਸੂਬੇ ਦੇ ਨੌਜਵਾਨਾਂ ਨੂੰ ਬੈਠਿਆ ਦੇਖਦੇ ਆਂ ਹੋਰ ਨਾ ਸੂਬੇ ਦੇ ਦੀਆਂ ਜਿਹੜੀਆਂ ਈ ਤਿਆਂ ਨੂੰ ਬੈਠਿਆ ਦੇਖਦੇ ਆਂ ਤਾਂ ਫਿਰ ਇੱਕ ਚੀਜ਼ ਤਾਂ ਦਿਲ ਦੇ ਵਿੱਚ ਉੱਠਦੀ ਹੋਣੀ ਹੈ ਡੈਫੀਨੇਟਲੀ ਉਹੀ ਮੈਂ ਤੁਹਾਨੂੰ ਅੱਜ ਇੰਟਰਵਿਊ ਸ਼ੁਰੂ ਕਰ ਇਹੀ ਕੀਤਾ ਸੀਗਾ ਕਿ ਇੱਕ ਦਿਲ ਦੇ ਵਿੱਚ ਦਰਦ ਤਾਂ ਹੁੰਦਾ ਹੀ ਆ ਜੀ ਵੀ ਆਪਣੇ ਆਪ ਦੇ ਬੱਚੇ ਕਿਉਂ ਨਹੀਂ ਬੈਠੇ ਹੋ ਮੈਂ ਨਹੀਂ ਕਹਿੰਦਾ ਸਰਦਾਰ ਬੱਚੇ ਕੋਈ ਗਰਗ ਹੋਵੇ ਕੋਈ ਵਰਮਾ ਹੋਵੇ ਕੋਈ ਸ਼ਰਮਾ ਹੋ ਪੰਜਾਬੀ ਤਾਂ ਹੋਵੇ ਘੱਟੋ ਘੱਟ ਪੰਜਾਬੀ ਹੈ ਨਹੀਂ ਪੰਜਾਬੀ ਹੈ ਨਹੀਂ ਜੀ ਆਪਾਂ ਮੈਂ ਸਰਦਾਰ ਦੀ ਗੱਲ ਹੀ ਨਹੀਂ ਕਰ ਰਿਹਾ ਪੰਜਾਬੀ ਬੈਠਾ ਹੋਵੇ ਦੀ ਘੱਟੋ ਘੱਟ ਉਹ ਵੀ ਨਹੀਂ ਆਪਣੇ ਕੋਲੇ ਹੈਗਾ ਜੀ ਡੈਫੀਨੇਟਲੀ ਇਹ ਸਭ ਤੋਂ ਵੱਡੀ rank 4 ਸਾਡੇ ਇੰਸਟੀਚਿਊਟ ਦੇ ਵਿੱਚੋਂ ਮਲੂਕਾ ਵਿੱਚ rank 6 all india rank 8 all india rank 40 rank 51 ਪਿਛਲੇ ਵਾਰ 79 ਸੈLECTION ਸੀਗੀਆਂ ਜੀ ਪੰਜਾਬ ਦੇ ਦੋ ਬੰਦੇ ਜੀ ਜੇ ਆਹੀ ਆਪਾਂ ਜੇ ਅਸੀਂ ਮਿਹਨਤ ਕਰ ਰਹੇ ਹਾਂ ਇੱਕ ਯੂਪੀ ਬਿਹਾਰ ਮਹਾਰਾਸ਼ਟਰ ਦਿੱਲੀ ਉਹ ਬੱਚੇ ਵੀ ਮਿਹਨਤ ਕਰ ਰਹੇ ਸਾਡੇ ਨਾਲ ਹੀ ਜੇ ਉਹੋ ਬੱਚਾ ਮਿਹਨਤ ਕਰਕੇ IAS PCS IAS IPS ਬਣ ਸਕਦੇ ਆ ਤੇ ਆਪਣੇ ਆਪ ਦੇ ਬੱਚੇ ਚ ਕੀ ਕਮੀ ਹੈ ਹਰ ਕੋਈ ਬਣ ਸਕਦਾ ਹੈਗਾ अच्छा ਤੁਸੀਂ ਸੰਪਰਕ ਨੰਬਰ ਜ਼ਰੂਰ ਬੋਲ ਦਿਓ ਜੋ ਤੁਹਾਨੂੰ ਰਾਬਤਾ ਕਰਨਾ ਚਾਹੁੰਦੇ ਕਿਸ ਤਰ੍ਹਾਂ ਦੇ ਨਾਲ ਰਾਬਤਾ ਜਿਹੜਾ ਕਰ ਸਕਦੇ ਅਤੇ ਕਿਹੜੀ ਕਿਹੜੀ ਬ੍ਰਾਂਚ ਦੇ ਵਿੱਚ ਮਤਲਬ ਇਹ ਵੈਸੇ ਹਰ ਇੱਕ ਬ੍ਰਾਂਚ ਦੇ ਲਈ ਹੈ ਹਰ ਬ੍ਰਾਂਚ ਦੇ ਵਿੱਚ ਹਰ ਇੱਕ ਬ੍ਰਾਂਚ ਦੇ ਵਿੱਚ ਸੇਮ ਕੋਈ ਇਹ ਤਾਂ ਨਹੀਂ ਕਿ ਪੰਜਾਬ ਦੇ ਜਾਂ ਬਠਿੰਡੇ ਦੇ ਚੰਡੀਗੜ੍ਹ ਦੇ ਲਈ ਆ ਨਹੀਂ ਨਹੀਂ ਜੀ ਇਹ ਜਿਹੜੇ ਵੀ ਸਾਡੇ ਬ੍ਰਾਂਚੇਸ ਹੈਗੀਆਂ ਹਰ ਇੱਕ ਬ੍ਰਾਂਚ ਦੇ ਸੇਮ ਪੂਰੇ ਭਾਰਤ ਦੇ ਵਿੱਚ ਜਿੱਥੇ ਜਿੱਥੇ ਬ੍ਰਾਂਚੇਸ ਦਾ ਹੋਣਾ ਹੈਗੀਆਂ ਅਗਰ ਨੋਨ ਅਵਾਰੀ ਟਾਈਮ ਦੇ ਵਿੱਚ ਵੀ ਹੋਣ ਗਿਆ ਸਭ ਤੇ ਸੇਮ ਰਹੂਗਾ ਜੀ ਸੋ ਇੱਕ ਵਾਰੀ ਸੰਪਰਕ ਨੰਬਰ ਮੈਂ ਚਾਹਾਂਗਾ ਕਿ ਜ਼ਰੂਰ ਤੁਸੀਂ ਭਾਈ ਜੀ ਆਪਣਾ ਬੋਲ ਦਿਓ ਤਾਂ ਜੋ ਤੁਹਾਡਾ ਨਾ رابطہ ਜੋ ਕਰਨਾ ਚਾਹੁੰਦਾ ਹੋ ਕਰ ਸਕੇ 9910133084 ਬੜੀ ਹੋਰ ਬੋਲ ਦਿਓ 9910133084 ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਜੋ ਵੀ ਅਸਿਸਟੈਂਸ ਲੈਣਾ ਚਾਹੋ ਤੁਸੀਂ ਐਗਜ਼ਾਮ ਲਈ ਲੈ ਸਕਦੇ ਹੋ ਜੀ ਸੋ ਜਿਹੜੇ ਸਰੋਤੇ ਆਪਾਂ ਨੂੰ ਦੇਖ ਰਿਹਾ ਬਈ ਉਹਨਾਂ ਦੇ ਲਈ ਇੱਕ ਸੁਨੇਹਾ ਮੈਂ ਜ਼ਰੂਰ ਤੁਹਾਡੇ ਤੋਂ ਲੈਣਾ ਚਾਹੁੰਗਾ ਕਿ ਕੀ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਮੈਂ ਇਹ ਦੇਣਾ ਚਾਹੁੰਗਾ ਵੀ ਦਿਸ਼ਾ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਾ ਕਹਿੰਨੇ ਯੂਥ ਭਟਕਿਆ ਹੋਇਆ ਮੈਂ ਨਹੀਂ ਮੰਨਦਾ ਯੂਥ ਭਟਕਿਆ ਹੋਇਆ ਮੈਂ ਇੱਕ ਗੱਲ ਨੂੰ ਬਹੁਤ ਅੱਛੇ ਤਰੀਕੇ ਨਾਲ ਜ਼ਹਿਨ ਦੇ ਨਾਲ ਮੰਨਦਾ ਹੈ ਕਿ ਯੂਥ ਭਟਕਿਆ ਨਹੀਂ ਹੋਇਆ ਯੂਥ ਨੂੰ ਇੱਕ ਵਧੀਆ ਦਿਸ਼ਾ ਦੇਣ ਦੀ ਜ਼ਰੂਰਤ ਹੈ ਆਪਣਾ ਪੰਜਾਬੀ ਯੂਥ ਰੱਬ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਮਿਹਨਤੀ ਹੈ ਇਸ ਮਿਹਨਤ ਨੂੰ ਇੱਕ ਸਹੀ ਦਿਸ਼ਾ ਦਿਖਾਈਏ ਉਸ ਦਿਸ਼ਾ ਦੇ ਨਾਲ ਹੀ ਆਪਾਂ ਦੇ ਬੱਚਾਂ ਨੂੰ ਆਈਐਸ ਆਈਪੀਐਸ ਤੇ ਪੀਸੀਐਸ ਬਣਾਈਏ ਅਸੀਂ ਇੱਕ ਲਾਸਟ ਦੇ ਵਿੱਚ ਤੁਹਾਨੂੰ ਇਹ ਗੱਲ ਕਹਿਣਾ ਸੀ ਇੱਕ 슬ੋਗਨ ਬਣਾਇਆ ਸੀ ਪੰਜਾਬ ਨੂੰ ਛੱਡੋ ਆਇਲ ਛੱਡੋ ਪੰਜਾਬ ਨੂੰ ਤੁਹਾਡੀ ਤੁਹਾਡੀ ਜ਼ਰੂਰਤ ਹੈ ਤੁਸੀਂ ਵਿਦੇਸ਼ਾਂ ਦੀ ਨੋਹਾਰ ਬਦਲ ਰਹੇ ਹੋ ਪੰਜਾਬ ਦੀ ਬਦਲੋ ਮਾਵਾ ਬਾਈ ਜੀ ਇੱਕ ਵਾਰੀ ਫਿਰ ਧੰਨਵਾਦ ਕਰਦੇ ਆ ਤੇ ਸਲਾਮ ਸਲੂਟ ਆਰਐਮਬੀ ਟੈਲੀਵਿਜ਼ਨ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਕਰਦੇ ਆ ਕਿ ਉਦਦਮ ਜਿਹੜਾ ਤੁਸੀਂ ਬੜਾ ਚੰਗਾ ਕਰ ਰਹੇ ਹੋ ਕਿ ਜਿਵੇਂ ਆਖਦੇ ਕਿ ਪੰਜਾਬ ਦੀ ਪੰਜਾਬ ਦੇ ਬਚਾਉਣ ਦੀ ਲੜਾਈ ਲੜ ਰਹੇ ਹੋ ਨਸਲਾਂ ਬਚਾਉਣ ਦੀ ਲੜਾਈ ਜਿਹੜੀ ਹੈ ਕਿ ਪੰਜਾਬ ਦੀ ਲੜ ਰਹੇ ਹੋ ਕਿ ਯਾਰ ਪੰਜਾਬੀਆਂ ਨੂੰ ਇੱਥੇ ਹੀ ਰੱਖ ਕੇ ਚੰਗੇ ਰੋਜ਼ਗਾਰ ਤੇ ਜਿਹੜਾ ਦੇਖਿਆ ਜਾਵੇ ਇੱਕ ਚੀਜ਼ ਜਿਹੜੀ ਉਹ ਪੰਜਾਬੀ ਦੇ ਦਰ ਜਿਹੜੀ ਹੈਗਾ ਦਿਲ ਦੇ ਵਿੱਚ ਉਹ ਤੁਹਾਡੇ ਵਿੱਚ ਵੀ ਸੋ ਬਹੁਤ ਬਹੁਤ ਧੰਨਵਾਦ ਤੇ ਸਲਾਮ ਇੱਕ ਵਾਰੀ ਫਿਰ ਕਰਦੇ ਆ ਥੈਂਕ ਯੂ ਥੈਂਕ ਯੂ ਵੈਰੀ ਮਚ ਮੋਸਟ ਸੋ ਮਿਰਨਾਲ ਭਾਈ ਲਖਮਨ ਸਿੰਘ ਮਲੂਕਾ ਹੋਰੀ ਜਿਹੜੀਆਂ ਜ਼ਰੂਰ ਸਾਨੂੰ ਵੀ ਦੁੱਖ ਲੱਗਿਆ ਕਿ ਬਾਈ ਕਹਿੰਦਾ ਕਿ ਅਸੀਂ ਮੁਫਤ ਦੀ ਸਿੱਖਿਆ ਦੇ ਲਈ ਜੇ ਬੋਰਡ ਵੀ ਲਾਏ ਹਨ ਮੁਫਤ ਦੀ ਸਿੱਖਿਆ ਨੂੰ ਦਾ ਪ੍ਰਚਾਰ ਕੀਤਾ ਨਾ ਤਾਂ ਉਹ ਪ੍ਰਚਾਰ ਦੇ ਲਈ ਅਸੀਂ ਆਪਣੇ ਪੱਲਿਓ 15-17000 ਰੁਪਏ ਮਹੀਨੇ ਦਾ ਭਰਦੇ ਰਹੇ ਹਾਂ ਪਰ ਸਾਨੂੰ ਇੱਕ ਕਾਲ ਤੱਕ ਨਹੀਂ ਆਈ ਅਸੀਂ ਅਕਸਰ ਆਖਦੇ ਨੇ ਕਿ ਇਧਰਲੇ ਪਾਸੇ ਸਾਡੇ ਯਾਰ ਸਿੱਖਿਆ ਬੜੀ ਮਹਿੰਗੀ ਹੈ ਇਧਰਲੇ ਪਾਸੇ ਨੌਕਰੀਆਂ ਨਹੀਂ ਮਿਲਦੀਆਂ ਕਰੀਏ ਕੀ ਪਰ ਬਾਈ ਜੀ ਹੁਰੇ ਕਹਿ ਰਹੇ ਕਿ ਅਸੀਂ ਮੁਫਤ ਵਿੱਚ ਤੁਹਾਨੂੰ ਆਈਏਐਸ ਆਈਪੀਐਸ ਦੀ ਕੋਚਿੰਗ ਜਿਹੜੀ ਆ 1 ਲੱਖ ਬਾਈ ਕਿੰਨੇ ਦਾ ਖਰਚੇ ਸੀ 1 ਲੱਖ 47000 1 ਲੱਖ 47000 1.5 ਲੱਖ ਦਾ ਜਿਹੜਾ ਇਹ ਖਰਚਾ ਆ ਉਹ 1.5 ਲੱਖ ਦਾ ਖਰਚਾ ਜਿਹੜਾ ਮੁਫਤ ਵਿੱਚ ਬਾਈ ਹੁਰੇ ਕੋਚਿੰਗ ਜਿਹੜੀ ਆ ਦੇ ਰਿਹਾ ਇਸ ਵੇਲੇ ਸੰਪਰਕ ਨੰਬਰ ਜਿਹੜਾ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਹੋਣਾ ਬਾਈ ਜੀ ਹੁਰਾਂ ਦਾ ਨਿਰਦੇਸ਼ੀ ਚੈਨਲ ਦੇ ਨਾਲ ਰਾਬਤਾ ਕਰਕੇ ਸੰਪਰਕ ਨੰਬਰ ਬਾਈ ਜੀ ਹੁਰਾਂ ਦਾ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ ਹੁਣ ਆਪਣੇ ਦੋਸਤ ਜਸ ਕਰੇ